ਬਸ ਭਗਵੰਤ ਮਾਨ ਹੈ, ਭਗਵੰਤ ਮਾਨ ਹੈ, ਭਗਵੰਤ ਮਾਨ ਹੈ, ਕਿਉਂ ਆ ਗਿਆ ਇਹ, ਇੱਥੇ ਕਿਉਂ ਆ ਗਿਆ ਇਹ, ਬਸ ਆਹੀ ਪੰਗਾ ਕਿਉਂ ਆ ਗਿਆ ਇਹ। ਇਹਨਾਂ ਨੂੰ ਇਹ ਸੀਗਾ ਕਿ ਇੱਥੇ ਸਾਡੇ ਧੀਆਂ ਪੋਤੀ ਬਹਿੰਦੇ ਹੁੰਦੇ ਨੇ। ਕੀ ਗੱਲ ਬਈ, ਇਹਨਾਂ ਨੇ ਠੇਕਾ ਲਿਆ ਉਹਨਾਂ ਕੁਰਸੀਆਂ ਦਾ? ਡੈਮੋਕ੍ਰੇਸੀ ਹੈ, ਤੁਸੀਂ ਆ ਜਾਓ, ਤੁਸੀਂ ਜਿੱਤ ਲਓ, ਥੋੜੀਆਂ ਕਰਤੂਤਾਂ ਕਰਕੇ ਤੁਹਾਨੂੰ ਵੋਟਾਂ ਨਹੀਂ ਪਾਉਂਦੇ ਲੋਕ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਿੱਥੇ ਲੋਕਾਂ ਦੀ ਰਾਹਤ ਲਈ ਕਈ ਅਹਿਮ ਕਦਮ ਚੁੱਕੇ, ਉੱਥੇ ਹੀ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਬਾਹ ਫੜੀ। ਇਸੇ ਦੇ ਤਹਿਤ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ, ਇਸੇ ਲਈ ਪੰਜਾਬ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਲਈ ਉਪਰਾਲਾ ਕੀਤਾ ਗਿਆ। ਉਹਨਾਂ ਦਾ ਮਾਨ ਸਾਹਿਬ ਦਾ, ਮੁੱਖ ਮੰਤਰੀ ਪੰਜਾਬ ਦਾ ਮੈਂ ਧੰਨਵਾਦ ਕਰਦਾ ਹਾਂ, ਪਰਿਵਾਰ ਵੱਲੋਂ, ਆਪਣੇ ਵੱਲੋਂ, ਸਾਰੇ ਨਗਰ ਨਿਵਾਸੀਆਂ ਵੱਲੋਂ, ਹਾਂਜੀ, ਜੋ ਸਾਡੇ ਨਾਲ ਉਹ ਆਪਣਾ ਟਾਈਮ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਦੁੱਖ ਸਾਂਝਾ ਕਰਨ ਆਏ, ਹਾਂਜੀ, ਸਾਨੂੰ ਮਾਲੀ ਸਹਾਇਤਾ ਦੇ ਕੇ ਗਏ, ਹਾਂਜੀ, ਪਰਿਵਾਰ ਨੂੰ ਭਰੋਸਾ ਦੇ ਕੇ ਗਏ। ਬਾਕੀ ਕੋਈ ਬੇਟੀ ਨੂੰ ਜੋਬ ਦੇਵਾਂਗੇ, ਤੁਹਾਨੂੰ ਪੈਨਸ਼ਨ ਵੀ ਲਵਾਵਾਂਗੇ, ਬਾਕੀ ਸਾਨੂੰ ਮਾਲੀ ਸਹਾਇਤਾ 1 ਕਰੋੜ ਦੀ ਰਾਸ਼ੀ ਦੇ ਗਏ। ਪੰਜਾਬ ਸਰਕਾਰ ਵੱਲੋਂ ਜੋ ਪਾਲਿਸੀ ਬਣਾਈ ਗਈ ਹੈ ਕਿ ਜਿਹੜੇ ਸੈਨਿਕ, ਜਿਹੜੇ ਫੌਜੀ ਜਵਾਨ ਡਿਊਟੀ ਦੌਰਾਨ ਦੇਸ਼ ਦੇ ਕਿਸੇ ਵੀ ਕੋਨੇ 'ਚ ਸ਼ਹੀਦ ਹੋਣਗੇ, ਤਾਂ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਈਆ ਸਨਮਾਨ ਰਾਸ਼ੀ ਦੇ ਤੌਰ 'ਤੇ ਦਿੱਤਾ ਜਾਊਗਾ। ਕੀ ਕੁਛ ਹੋਇਆ ਇੱਥੇ ਪੰਜਾਬ 'ਚ ਦੇਖੋ, ਆ ਹੁਣ ਜਾ ਕੇ ਉੱਥੇ ਹਰ ਰੋਜ਼ ਉੱਥੇ ਅਕਾਲ ਤਖਤ ਸਾਹਿਬ 'ਤੇ ਜਾ ਕੇ ਮਾਫ਼ੀ ਮੰਗਣ ਚਲੇ ਜਾਂਦੇ ਨੇ, ਨਾ ਇਹ ਦੱਸਦੇ ਨੇ ਕੀ ਕਰਨਾ ਜੀ, ਕਿ ਮਾਫ਼ੀ ਮੰਗਣਾ ਕਾਹਦੀ ਜੀ, ਗਲਤੀਆਂ ਦੀ, ਕਿਹੜੀਆਂ ਗਲਤੀਆਂ ਜੀ, ਪਤਾ ਨਹੀਂ ਜੀ, ਕਰਨ ਕੀ ਆਏ ਹੋ, ਮਾਫ਼ੀ ਮੰਗਣਾ ਹੈ ਜੀ, ਕਾਹਦੀ ਜੀ, ਗਲਤੀਆਂ ਜੀ। ਉਹ ਇੱਕ ਬੰਦੇ ਨੂੰ ਪੁਲਿਸ ਪੁੱਛ ਗਿੱਛ ਕਰ ਰਹੀ ਸੀ, ਕਹਿੰਦਾ ਹਾਂ ਬਈ ਕਸੂਰ ਕੀ ਹੈ ਤੇਰਾ, ਕਹਿੰਦਾ ਮੈਂ ਕਤਲ ਕੀਤਾ ਜੀ। ਅੱਛਾ, ਕਤਲ ਤੈਂ ਕੀਤਾ? ਕਹਿੰਦਾ ਹਾਂ ਮੈਂ ਕੀਤਾ ਜੀ। ਕਹਿੰਦਾ ਲਾਸ਼ ਕਿੱਥੇ ਹੈ? ਕਹਿੰਦਾ ਮੈਂ ਅੱਗ ਲਾ ਕੇ ਫੂਕਤੀ ਜੀ। ਕਹਿੰਦਾ ਚੱਲ ਜਿੱਥੇ ਫੂਕੀ ਉੱਥੇ ਲੈ ਕੇ ਚੱਲ। ਕਹਿੰਦਾ ਉਹ ਟਰੈਕਟਰ ਨਾਲ ਵਾਹਤਾ ਜੀ ਉਸ, ਕਹਿੰਦਾ ਚੱਲ ਟਰੈਕਟਰ ਨਾਲ ਵਾਹਿਆ ਹੋਇਆ, ਦਿਖਾ ਉੱਥੇ ਜਗ੍ਹਾ। ਕਹਿੰਦੇ ਉਹਦਾ ਉੱਤੇ ਇੱਟਾਂ ਲਾਤੀਆਂ ਸੀ। ਕਹਿੰਦਾ ਚੱਲ ਇੱਟਾਂ ਦਿਖਾ। ਕਹਿੰਦੇ ਉਹਦਾ ਉੱਤੇ ਛੱਤ ਪਾ ਕੇ ਘਰ ਪਾਤਾ ਸੀਗਾ ਜੀ। ਕਹਿੰਦਾ ਚੱਲ ਛੱਤ ਦਿਖਾ। ਕਹਿੰਦਾ ਜਿਹੜਾ ਪਿਛਲੇ ਭੁਚਾਲ ਆਇਆ ਸੀ ਉਹ 'ਚ ਛੱਤ ਢਹਿ ਗਈ ਸੀਗੀ ਜੀ। ਉਹ ਕਹਿੰਦਾ ਚੱਲ ਮਲਬਾ ਦਿਖਾ। ਕਹਿੰਦਾ ਉਹ ਤਾਂ ਗੁਆਂਢੀਆਂ ਨੂੰ ਵੇਚਤਾ ਸੀਗਾ ਜੀ। ਕਹਿੰਦਾ ਚੱਲ ਗੁਆਂਢੀ ਨੂੰ ਮਿਲਾ। ਕਹਿੰਦਾ ਉਹਦਾ ਤਾਂ ਕਤਲ ਹੋ ਗਿਆ ਜੀ। ਕਹਿੰਦਾ ਕਤਲ ਕੀ ਨਹੀਂ ਕੀਤਾ? ਕਹਿੰਦਾ ਮੈਂ ਕੀਤਾ ਜੀ। ਉਹ ਕਹਿੰਦਾ ਫੇਰ ਉੱਥੇ ਹੀ ਆ ਗਿਆ ਯਾਰ ਤੂੰ, ਫੇਰ ਉੱਥੇ ਹੀ ਆ ਗਿਆ, ਅਸੀਂ ਰਹਿ ਸੀ, ਗਲਤੀਆਂ ਹੋ ਗਈਆਂ ਜੀ, ਕਿਹੜੀਆਂ ਜੀ ਪਤਾ ਨਹੀਂ ਜੀ, ਕੀ ਕਰਨਾ ਜੀ, ਮਾਫ਼ੀ ਮੰਗਣਾ ਜੀ, ਕਾਹਦੀ ਜੀ, ਗਲਤੀਆਂ ਦੀਆਂ ਜੀ, ਗਲਤੀਆਂ ਇਹ ਨਹੀਂ ਪਤਾ ਜੀ, ਆਹ ਹਾਲ ਤੇ ਬਸ ਭਗਵੰਤ ਮਾਨ ਹੈ, ਭਗਵੰਤ ਮਾਨ ਹੈ, ਭਗਵੰਤ ਮਾਨ ਹੈ, ਕਿਉਂ ਆ ਗਿਆ ਇਹ, ਇੱਥੇ ਕਿਉਂ ਆ ਗਿਆ ਇਹ, ਬਸ ਆਹੀ ਪੰਗਾ ਕਿਉਂ ਆ ਗਿਆ ਇਹ। ਇਹਨਾਂ ਨੂੰ ਇਹ ਸੀਗਾ ਕਿ ਇੱਥੇ ਸਾਡੇ ਧੀਆਂ ਪੋਤੀ ਬਹਿੰਦੇ ਹੁੰਦੇ ਨੇ। ਕੀ ਗੱਲ ਬਈ, ਇਹਨਾਂ ਨੇ ਠੇਕਾ ਲਿਆ ਉਹਨਾਂ ਕੁਰਸੀਆਂ ਦਾ? ਡੈਮੋਕ੍ਰੇਸੀ ਹੈ, ਤੁਸੀਂ ਆ ਜਾਓ, ਤੁਸੀਂ ਜਿੱਤ ਲਓ, ਥੋੜੀਆਂ ਕਰਤੂਤਾਂ ਕਰਕੇ ਤੁਹਾਨੂੰ ਵੋਟਾਂ ਨਹੀਂ ਪਾਉਂਦੇ ਲੋਕ। ਕੀ ਕੁਛ ਹੋਇਆ ਇੱਥੇ ਪੰਜਾਬ 'ਚ ਦੇਖੋ, ਆ ਹੁਣ ਜਾ ਕੇ ਉੱਥੇ ਹਰ ਰੋਜ਼ ਉੱਥੇ ਅਕਾਲ ਤਖਤ ਸਾਹਿਬ 'ਤੇ ਜਾ ਕੇ ਮਾਫ਼ੀ ਮੰਗਣ ਚਲੇ ਜਾਂਦੇ ਨੇ, ਨਾ ਇਹ ਦੱਸਦੇ ਨੇ ਕੀ ਕਰਨਾ ਜੀ, ਕਿ ਮਾਫ਼ੀ ਮੰਗਣਾ ਕਾਹਦੀ ਜੀ, ਗਲਤੀਆਂ ਦੀ, ਕਿਹੜੀਆਂ ਗਲਤੀਆਂ ਜੀ, ਪਤਾ ਨਹੀਂ ਜੀ, ਕਰਨ ਕੀ ਆਏ ਹੋ, ਮਾਫ਼ੀ ਮੰਗਣਾ ਜੀ, ਕਾਹਦੀ ਜੀ, ਗਲਤੀਆਂ ਜੀ। ਉਹ ਇੱਕ ਬੰਦੇ ਨੂੰ ਪੁਲਿਸ ਪੁੱਛ ਗਿੱਛ ਕਰ ਰਹੀ ਸੀ, ਕਹਿੰਦਾ ਹਾਂ ਬਈ ਕਸੂਰ ਕੀ ਹੈ ਤੇਰਾ, ਕਹਿੰਦਾ ਮੈਂ ਕਤਲ ਕੀਤਾ ਜੀ। ਅੱਛਾ, ਕਤਲ ਤੈਂ ਕੀਤਾ? ਕਹਿੰਦਾ ਹਾਂ ਮੈਂ ਕੀਤਾ ਜੀ। ਕਹਿੰਦਾ ਲਾਸ਼ ਕਿੱਥੇ ਹੈ? ਕਹਿੰਦਾ ਮੈਂ ਅੱਗ ਲਾ ਕੇ ਫੂਕਤੀ ਜੀ।
ਕਹਿੰਦਾ ਚੱਲ ਜਿੱਥੇ ਫੂਕੀ ਉੱਥੇ ਲੈ ਕੇ ਚੱਲ। ਕਹਿੰਦਾ ਉਹ ਟਰੈਕਟਰ ਨਾਲ ਵਾਹਦਾ ਜੀ ਉਸ ਸਮਾਂ। ਕਹਿੰਦਾ ਚੱਲ ਟਰੈਕਟਰ ਨਾਲ ਵਾਹਿਆ ਹੋਇਆ ਦਿਖਾ ਉੱਥੇ ਜਗ੍ਹਾ। ਕਹਿੰਦੇ ਉਹਦਾ ਉੱਤੇ ਇੱਟਾਂ ਲਾਤੀਆਂ ਸੀ। ਕਹਿੰਦਾ ਚੱਲ ਇੱਟਾਂ ਦਿਖਾ। ਕਹਿੰਦਾ ਜੀ ਉਹਦਾ ਉੱਤੇ ਛੱਤ ਪਾ ਕੇ ਘਰ ਪਾਤਾ ਸੀਗਾ ਜੀ। ਕਹਿੰਦਾ ਚੱਲ ਛੱਤ ਦਿਖਾ। ਕਹਿੰਦਾ ਜਿਹੜਾ ਪਿਛਲੇ ਭੁਚਾਲ ਆਇਆ ਸੀ ਉਹ 'ਚ ਛੱਤ ਢਹਿ ਗਈ ਸੀਗੀ ਜੀ। ਉਹ ਕਹਿੰਦਾ ਚੱਲ ਮਲਬਾ ਦਿਖਾ। ਕਹਿੰਦਾ ਉਹ ਤਾਂ ਗੁਆਂਢੀਆਂ ਨੂੰ ਵੇਚਤਾ ਸੀਗਾ ਜੀ। ਕਹਿੰਦਾ ਚੱਲ ਗੁਆਂਢੀ ਨੂੰ ਮਿਲਾ। ਕਹਿੰਦਾ ਉਹਦਾ ਤਾਂ ਕਤਲ ਹੋ ਗਿਆ ਜੀ। ਕਹਿੰਦਾ ਕਤਲ ਕੀ ਨਹੀਂ ਕੀਤਾ? ਕਹਿੰਦਾ ਮੈਂ ਕੀਤਾ ਜੀ। ਉਹ ਕਹਿੰਦਾ ਫੇਰ ਉੱਥੇ ਆ ਗਿਆ ਯਾਰ ਤੂੰ, ਫੇਰ ਉੱਥੇ ਆ ਗਿਆ। ਅਸੀਂ ਐਥੀ ਗਲਤੀਆਂ ਹੋ ਗਈਆਂ ਜੀ। ਕਿਹੜੀਆਂ ਜੀ? ਪਤਾ ਨਹੀਂ ਜੀ। ਕੀ ਕਰਨਾ ਜੀ? ਮਾਫ਼ੀ ਮੰਗਣ ਆਇਆ ਜੀ। ਕਾਹਦੀ ਜੀ? ਗਲਤੀਆਂ ਨਹੀਂ ਆਇਆ ਜੀ, ਗਲਤੀਆਂ ਇਹ ਨਹੀਂ ਪਤਾ ਜੀ। ਆਹ ਹਾਲ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।